ਨੌਜਵਾਨ ਮੇਰੇ ਕਰੀਬ ਆਇਆ, ਕਹਿੰਦਾ ਕਾਰੀ ਸਾਹਿਬ ਈਦ ਕਿਉਂ ਆ ਰਹੀ ਏ? ਮੈਂ ਕਿਹਾ ਖੈਰ ਕੀ ਹੋਇਆ? ਕਹਿੰਦਾ ਕਾਰੀ ਸਾਹਿਬ ਈਦ ਆਵੇ ਉਹਨਾਂ ਲੋਕਾਂ ਵਾਸਤੇ ਆਏ ਜਿਹਨਾਂ ਦੇ ਮਾਂ ਬਾਪ ਜ਼ਿੰਦਾ ਨੇ। ਅਸੀਂ ਤੇ ਕੱਪੜੇ ਪੈ ਪਹਿਨ ਕੇ ਈਦ ਤੋਂ ਪਹਿਲੇ ਕਬਰਸਤਾਨ ਜਾ ਕੇ ਮਾਂ ਨੂੰ ਆਵਾਜ਼ਾਂ ਮਾਰਦਾ, ਮੈਂ ਅੰਮੀ ਉੱਠ ਤੇ ਸਹੀ ਨਾ, ਤੇਰਾ ਪੁੱਤਰ ਅੱਜ ਨਵਾਂ ਸੂਟ ਪਾ ਕੇ ਆਇਆ। ਅੰਮੀ ਜਾਨ ਉੱਠ ਤੇ ਸਹੀ ਨਾ, ਤੇਰਾ ਸ਼ਹਿਜ਼ਾਦਾ ਨਵਾਂ ਸੂਟ ਪਾ ਕੇ ਆਇਆ ਹੈ। ਇਹ ਨੌਜਵਾਨ ਅੱਲਾ ਦੀ ਕਿਸਮ ਵਾਕੇ ਸੁਣਾਇਆ ਨਾ, ਅੰਮੀ ਨੂੰ ਆਪ ਰੋਣ ਆ ਗਿਆ। ਇਹ ਨੌਜਵਾਨ ਕਹਿੰਦਾ ਕਾਜੀ ਸਾਹਿਬ ਪਿਛਲਾ ਰਮਜ਼ਾਨ ਰਾਤ ਨੂੰ ਤਰਾਵੀਆਂ ਪੜ੍ਹ ਕੇ ਯਾਰ ਦੋਸਤਾਂ ਦੇ ਨਾਲ ਚੌਕਾਂ ਦੇ ਅੰਦਰ ਟਾਈਮ ਗੁਜ਼ਾਰ ਕੇ ਰਾਤ ਨੂੰ 11-12 ਵਜੇ ਘਰ ਦੇ ਅੰਦਰ ਆਉਣਾ, ਦਰਵਾਜ਼ਾ ਜਨਾਬ ਦਸਤਕ ਦਿੰਦਾ, ਦਰਵਾਜ਼ਾ ਖੜਕਾਉਣਾ, ਦਰਵਾਜ਼ਾ ਖੁੱਲਦਾ ਹੈ, ਮੇਰੀ ਮਾਂ ਮੇਰਾ ਇਸਤਕਬਾਲ ਕਰਨ ਵਾਸਤੇ ਖੜੀ ਹੁੰਦੀ ਹੈ, ਮੇਰੇ ਵਾਸਤੇ ਜਨਾਬ ਚਾਰ ਪਾਈ ਬਣੀ ਹੁੰਦੀ ਹੈ, ਬਿਸਤਰ ਬਣਿਆ ਬੰਦਾ, ਮੇਰੀ ਮਾਂ ਮੇਰੇ ਕਰੀਬ ਆ ਜਾਂਦੀ ਹੈ, ਉਹ ਮੇਰੇ ਲਾਲ ਸ਼ਹਿਜ਼ਾਦੇ ਆ, ਉਹ ਮੇਰੇ ਪੁੱਤਰ ਚਾਹ ਬਣਾ ਦੇਵਾ। ਮੈਂ ਕਹਿੰਦਾ ਨਹੀਂ ਅੰਮੀ ਜਾਨ, ਕਾਰੀ ਸਾਹਿਬ ਕਾਸ਼ ਉਹ ਚਾਵਾ ਮੈਂ ਮਾਂ ਦੇ ਹੱਥ ਦੀਆਂ ਰੱਜ ਰੱਜ ਕੇ ਪੀ ਲੈਂਦਾ, ਅੱਜ ਮੈਨੂੰ ਮਾਂ ਬੜੀ ਯਾਦ ਆ ਰਹੀ ਹੈ, ਅੱਜ ਮਾਂ ਦੀ ਮੁਹੱਬਤ ਬੜੀ ਯਾਦ ਆ ਰਹੀ ਹੈ, ਅੱਜ ਮਾਂ ਦੀ ਬੜੀ ਸ਼ਫਕਤ ਯਾਦ ਆ ਰਹੀ ਹੈ। ਮੈਂ ਆਖਿਆ ਅੰਮੀ ਜਾਨ ਚਾਹ ਰਹਿਣ ਦੋ, ਮੈਨੂੰ ਸੌਣ ਦੋ, ਮੈਂ ਥੱਕਿਆ ਹੋਇਆ। ਮਾਂ ਕਹਿੰਦੀ ਹਾਂ ਮੇਰੇ ਸ਼ਹਿਜ਼ਾਦਿਆ, ਸੌਣ ਜਾ ਆਰਾਮ ਕਰ ਲੈ। ਕਾਰੀ ਸਾਹਿਬ ਮੈਂ ਆਰਾਮ ਕਰਨ ਵਾਸਤੇ ਸੁੱਤਾ ਹੋਣਾ ਜਨਾਬ, ਹੁਣ ਸੌਣ ਦੀਆਂ ਤਿਆਰੀਆਂ ਨੇ, ਮੈਨੂੰ ਨੀਂਦ ਆ ਜਾਂਦੀ ਹੈ। ਅੱਲਾ ਦੀ ਸਾਹਿਬ ਦੀ ਕਸਮ ਕਾਰੀ ਸਾਹਿਬ, ਮੇਰੀ ਮਾਂ ਮੇਰੇ ਕਦਮਾਂ ਦੇ ਕਰੀਬ ਆਉਂਦੀ ਹੈ, ਮੇਰੇ ਪੈਰ ਦਬਾਉਂਦੀ ਹੈ, ਮੇਰੇ ਪੈਰ ਦਬਾਉਂਦੀ ਹੈ, ਮੈਨੂੰ ਬੜਾ ਸਕੂਨ ਮਿਲਦਾ ਹੈ, ਮੈਨੂੰ ਬੜਾ ਸਕੂਨ ਮਿਲਦਾ ਹੈ। ਫਿਰ ਕਾਰੀ ਸਾਹਿਬ ਜਨਾਬ ਮੇਰੀ ਵਾਰਦਾ ਥੋੜ੍ਹਾ ਜਿਹਾ ਜਨਾਬ ਤੇਲ ਗਰਮ ਕਰਕੇ ਲੈ ਕੇ ਆਉਂਦੀ ਹੈ, ਮੇਰੇ ਪਿੱਛੇ ਜਨਾਬ 3-4 ਤਕੀਏ ਰੱਖ ਕੇ ਮੇਰੇ ਸਿਰ ਦੀ ਮਾਲਿਸ਼ ਕਰਦੀ ਹੈ, ਮੇਰੇ ਕੰਨਾਂ ਦੇ ਅੰਦਰ ਤੇਲ ਡਾਲਦੀ ਹੈ, ਮੇਰੀ ਮਾਲਿਸ਼ ਕਰਦੀ ਹੈ, ਮੇਰੇ ਮੋਢੇ ਦਬਾਉਂਦੀ ਹੈ, ਮੈਨੂੰ ਕਹਿੰਦੀ ਹੈ ਪੁੱਤਰ ਥੱਕਿਆ ਸੀ? ਮੈਂ ਕਿਹਾ ਹਾਂ ਅੰਮੀ ਜਾਨ, ਪਰ ਤੁਸੀਂ ਦਬਾਇਆ ਹੈ, ਤੁਸੀਂ ਤੇਲ ਲਗਾਇਆ ਹੈ, ਸਾਰੀਆਂ ਥਕਾਵਟਾਂ ਖਤਮ। ਕਹਿਣ ਲੱਗਿਆ ਮੇਰੀ ਮਾਂ ਕਹਿੰਦੀ ਪੁੱਤਰ ਮੈਨੂੰ ਪਤਾ ਹੈ ਮੇਰਾ ਪੁੱਤਰ ਅੱਜ ਥੱਕਿਆ ਹੋਇਆ ਕਿ ਨਹੀਂ ਹੋਇਆ। ਜਨਾਬ ਕਾਲੀ ਸਾਹਿਬ ਅੰਮੀ ਕਹਿੰਦੀ ਮੈਨੂੰ ਪੁੱਤਰ ਹੁਣ ਪੁੱਤਰ ਇਹ ਗੱਲ ਸੁਣ ਲੈ। ਅੰਮੀ ਕਹਿਣ ਲੱਗੀ ਹੈ ਮੇਰਾ ਪੁੱਤਰ ਚਾਹ ਪੀ ਲੈ, ਮੈਂ ਦੁੱਧ ਪੱਤੀ ਬਣਾਈ ਤੇਰੇ ਵਾਸਤੇ। ਕਾਲੀ ਸਾਹਿਬ ਮੈਂ ਹੋਟਲਾਂ ਦੀਆਂ ਜਨਾਬ ਗੰਦੀਆਂ ਚਾਵਾਂ ਪੀਂਦਾ ਰਿਹਾ, ਮੇਰੀ ਮਾਂ ਮੇਰੀ ਨਿਮਤਾ ਕਰਦੀ ਰਹੀ, ਪੁੱਤਰ ਹੁਣ ਜਨਾਬ ਦੁੱਧ ਪੱਤੀ ਤੇਰੇ ਵਾਸਤੇ ਬਣਾਈਏ। ਮੈਂ ਕਹਿੰਦਾ ਨਹੀਂ ਅੰਮੀ, ਮੈਨੂੰ ਸੌਣ ਦੋ, ਆਰਾਮ ਕਰਨ ਦੋ। ਆਰਾਮ ਨਾਲ ਸੌ ਜਾਂਦਾ, ਸਹਿਰੀ ਦਾ ਟੈਪ ਹੁੰਦਾ, ਮੇਰੇ ਵਾਸਤੇ ਪਰਾਂਠੇ ਬਣਾਉਂਦੀ, ਮੇਰੇ ਵਾਸਤੇ ਖਾਣਾ ਬਣਾਉਂਦੀ, ਮੇਰੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਜਨਾਬ ਅੱਛੇ ਖਾਣੇ ਤਿਆਰ ਕਰਦੀ, ਮੈਨੂੰ ਆਵਾਜ਼ ਮਾਰਦੀ ਪੁੱਤਰ ਉੱਠ ਜਾ, ਅੱਧਾ ਘੰਟਾ ਰਹਿ ਗਿਆ। ਮੈਂ ਕਹਿੰਦਾ ਅੰਮੀ ਜਾਨ ਠਹਿਰ ਜਾ, ਅੱਜ ਜਨਾਬ 3 ਮਿੰਟ ਮੈਂ ਉੱਠ ਜਾਵਾਂਗਾ। ਅੰਮੀ ਠਹਿਰ ਜਾ, ਫਿਰ 20 ਮਿੰਟ ਰਹਿ ਜਾਂਦੇ। ਮਾਂ ਕਹਿੰਦੀ ਪੁੱਤਰ ਉੱਠ ਜਾ, 20 ਮਿੰਟ ਰਹਿ ਗਏ ਨੇ, ਰੋਜ਼ਾ ਰੱਖ ਲੈ। ਮੈਂ ਅੰਮੀ ਠਹਿਰ ਜਾ, ਮੈਂ ਉੱਠ ਜਾਂਦਾ। ਮਾਂ ਕਹਿੰਦੀ ਪੁੱਤਰ ਉੱਠ ਜਾਂਦਾ, ਸ਼ਰਨ ਰਹਿ ਗਏ ਨੇ। ਫਿਰ ਮਾਂ ਮੇਰੇ